ਕਾਟਰ ਰਾਜਪੂਤਾਂ ਦਾ ਪੰਜਾਬ ਵਿੱਚ ਕਿੱਦਾਂ ਦਾ ਦਬਦਬਾ ਸੀ ਪਹਿਲਾਂ ਤੁਹਾਡੀ ਜਵਾਨੀ ਦੇ ਟਾਈਮ ਤੋਂ? ਬਹੁਤ ਵਧੀਆ ਦਬਦਬਾ ਸੀਗਾ, ਕਿਸੇ ਦੀ ਪਰਵਾਹ ਨਹੀਂ ਸੀ। ਇਹ ਰਾਜਪੂਤ ਕਰਦੇ, ਖੁੱਲੀਆਂ ਜ਼ਮੀਨਾਂ, ਜਗੀਰਾਂ, ਜਾਇਦਾਦਾਂ ਦੇ ਮਾਲਕ ਸਨ। ਕਦੇ ਕਿਸੇ ਦੀ ਪਰਵਾਹ ਨਹੀਂ ਸੀ ਕਰਦੇ। ਜੈਲਦਾਰ, ਸ਼ਫੈਦਪੋਸ਼ ਇਹ ਕਾਟਰ ਰਾਜਪੂਤ ਹੀ ਰਹੇ ਹਨ, ਔਰ ਦੂਸਰੀਆਂ ਕੌਮਾਂ 'ਤੇ ਇਹਨਾਂ ਦਾ ਬੜਾ ਹੀ ਭਾਰੀ ਦਬਦਬਾ ਸੀ। ਬੜੀ ਮਾਰਸ਼ਲ ਕੌਮ ਸੀਗੀ ਇਹ। ਕਾਟਲ ਰਾਜਪੂਤ ਜਿਹੜੇ ਸਨ, ਉਹ ਜ਼ਿਆਦਾਤਰ ਗੁਰਦਾਸਪੁਰ ਜ਼ਿਲ੍ਹੇ ਵਿੱਚ, ਪਾਕਿਸਤਾਨ ਦੀ ਪਾਰਟੀਸ਼ਨ ਜਦੋਂ ਹੋਈ ਹੈ ਅਤੇ ਇਹ ਕਾਟਲ ਰਾਜਪੂਤ ਪਾਕਿਸਤਾਨ ਤੋਂ ਚੱਲ ਕੇ ਅਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਜ਼ਿਆਦਾਤਰ ਆਏ। ਕੁਝ ਵਿਚਾਰੇ ਸੀਗੇ ਜਿਹੜੇ ਖੱਜਲ ਖਰਾਬ ਹੁੰਦੇ, ਉਹ J&K ਵਿੱਚ ਹੀ ਸੈੱਟ ਹੋ ਗਏ ਅਤੇ ਕੁਝ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਚਲੇ ਗਏ। ਜ਼ਿਆਦਾਤਰ ਇਹ ਕਾਟਲ ਰਾਜਪੂਤ ਤੁਹਾਨੂੰ ਜ਼ਿਲ੍ਹੇ ਗੁਰਦਾਸਪੁਰ ਵਿੱਚ ਹੀ ਮਿਲ ਸਕਦੇ ਹਨ। ਇਹਨਾਂ ਰਾਜਪੂਤਾਂ ਇੱਕ ਆਪਣਾ ਸਜੋਦੀ ਦੇਵੀ ਮਾਤਾ ਦਾ ਮੰਦਰ ਬਣਾਇਆ ਹੈ, ਜਿਹੜਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੀ ਘੇੜੀਆਂ ਪਿੰਡ ਵਿੱਚ ਸਥਿਤ ਹੈ। ਉੱਥੇ ਹਰ ਸਾਲ 23 ਅਕਤੂਬਰ ਨੂੰ ਬੜਾ ਵੱਡਾ ਜੱਗ ਕੀਤਾ ਜਾਂਦਾ ਹੈ। ਹਰ ਇੱਕ ਰਾਜਪੂਤ ਕਾਟਲ ਹੈ, ਜੋ ਕਾਟਲ ਜਾਤੀ ਨਾਲ ਸੰਬੰਧਿਤ ਹੈ, ਸਾਰੇ ਉੱਥੇ ਆਉਂਦੇ ਹਨ। ਨਵੇਂ ਜੋੜੇ ਜਿਹੜੇ ਵਿਆਹੇ ਗਏ ਹੁੰਦੇ ਹਨ, ਉਹ ਆ ਕੇ ਉਹਨਾਂ ਦੇ ਰਕਾਬੇ ਫਿਰਦੇ ਹਨ ਉੱਥੇ, ਅਤੇ ਮਾਤਾ ਦੇਵੀ ਉਹਨਾਂ ਦੀਆਂ ਮੰਨਤਾਂ ਜਿਹੜੀਆਂ ਉਹ ਪੂਰੀਆਂ ਕਰਦੀ ਹੈ। ਅੱਛਾ ਬਾਬਾ, ਕਾਟਰ ਰਾਜਪੂਤਾਂ ਦਾ ਪੰਜਾਬ ਵਿੱਚ ਕਿੱਦਾਂ ਦਾ ਦਬਦਬਾ ਸੀ ਪਹਿਲਾਂ ਤੁਹਾਡੀ ਜਵਾਨੀ ਦੇ ਟਾਈਮ ਤੋਂ? ਬਹੁਤ ਵਧੀਆ ਦਬਦਬਾ ਸੀਗਾ, ਕਿਸੇ ਦੀ ਪਰਵਾਹ ਨਹੀਂ ਸੀ। ਇਹ ਰਾਜਪੂਤ ਕਰਦੇ, ਖੁੱਲੀਆਂ ਜ਼ਮੀਨਾਂ, ਜਗੀਰਾਂ, ਜਾਇਦਾਦਾਂ ਦੇ ਮਾਲਕ ਸਨ। ਕਦੇ ਕਿਸੇ ਦੀ ਪਰਵਾਹ ਨਹੀਂ ਸੀ ਕਰਦੇ। ਜੈਲਦਾਰ, ਸ਼ਫੈਦਪੋਸ਼ ਇਹ ਕਾਟਲ ਰਾਜਪੂਤ ਹੀ ਰਹੇ ਹਨ, ਔਰ ਦੂਸਰੀਆਂ ਕੌਮਾਂ 'ਤੇ ਇਹਨਾਂ ਦਾ ਬੜਾ ਹੀ ਭਾਰੀ ਦਬਦਬਾ ਸੀ। ਬੜੀ ਮਾਰਸ਼ਲ ਕੌਮ ਸੀਗੀ ਇਹ। ਅੱਛਾ, ਅਤੇ ਬਾਬਾ ਤੁਹਾਡੀ ਕੌਮ, ਤੁਹਾਡੇ ਬ੍ਰਦਰਾਂ 'ਚੋਂ, ਫਾਦਰ ਸਾਹਿਬ 'ਚੋਂ ਕੋਈ ਆਪਣੇ ਭਲਵਾਨ ਵੀ ਰਹੇ ਨੇ? ਹਾਂ ਹਾਂ, ਸਾਡੇ ਖਾਨਦਾਨ ਵਿੱਚੋਂ ਇੱਕ ਨਾਪਾ ਪਹਿਲਵਾਨ ਹੋਇਆ, ਜਿਹੜਾ ਕਿ ਬਾਬਾ ਕਦੀ ਕਿਸੇ ਤੋਂ ਨਹੀਂ ਹਾਰਿਆ ਮੈਂ ਸੁਣਿਆ। ਹਾਂ ਬਿਲਕੁਲ ਸਹੀ ਗੱਲ ਹੈ। ਉਹਨਾਂ ਨੂੰ ਬਾਬਾ ਜੀ ਨੂੰ 5 ਪੀਰਾਂ ਦੀ ਸਥਾਪਨਾ ਹੋਈ ਸੀ। ਉਹ ਕਹਿੰਦੇ ਸਨ ਕਿਤੇ ਉਹ ਦੰਡ ਕੁਸ਼ਤੀਆਂ ਰਾਤ ਨੂੰ ਕਰਕੇ ਆ ਰਹੇ ਸਨ। ਨਾਪਾ ਪਹਿਲਵਾਨ ਰਾਜਪੂਤ ਕਾਟਲ, ਹਾਂਜੀ ਹਾਂਜੀ, ਉਹ ਆ ਰਹੇ ਸਨ ਕਿਤੇ ਦੰਡ ਪ੍ਰਣਾਮ ਕਰਕੇ ਕਰੀਲ ਵਿੱਚੋਂ, ਅਤੇ ਰਾਹ ਵਿੱਚ ਉਹਨਾਂ ਨੂੰ ਇੱਕ ਬਾਬਾ ਮਿਲਿਆ, ਪੀਰ ਬਾਬਾ ਮਿਲਿਆ, ਤਾਂ ਜਿਹੜਾ ਉਹ ਘੋੜੇ 'ਤੇ ਸਵਾਰ ਸੀਗਾ। ਥੱਲੇ ਬੋਰੀਆਂ 4 ਡਿੱਗੀਆਂ ਹੋਈਆਂ ਸੀਗੀਆਂ, ਕਣਕ ਦਾਣੇ ਕਿਸੇ ਚੀਜ਼ ਦੀਆਂ। ਉਹ ਕਹਿਣ ਲੱਗਾ, ਜੋਨਾ ਲੈ ਮੇਰੇ ਨਾਲ ਹੱਥ ਪਵਾ, ਅਤੇ ਡਿੱਗ ਪਈਆਂ ਘੋੜੇ ਤੋਂ ਅਤੇ ਉੱਤੇ ਲਿਖਾ। ਉਹ ਕਹਿਣ ਲੱਗਾ, ਬਾਬਾ ਜੀ ਤੁਸੀਂ ਇਸ ਤਰ੍ਹਾਂ ਕਰੋ, ਪਿੱਛੇ ਹਟ ਜਾਓ, ਮੈਂ ਆਪ ਹੀ ਲੱਦ ਦੇਣਾ। ਉਹ ਕਹਿੰਦਾ, ਨਹੀਂ ਪੁੱਤ, ਤੇਰੇ ਕੋਲ ਨਹੀਂ ਇਹ ਚੱਕੀਆਂ ਜਾਣੀਆਂ। ਉਹ ਕਹਿੰਦਾ, ਨਹੀਂ ਬਾਬਾ ਜੀ, ਤੁਸੀਂ ਪਾਸੇ ਹੋ ਜਾਓ ਅਤੇ ਮੈਂ ਚੁੱਕ ਕੇ ਰੱਖ ਦਿੰਦਾ। ਉਹ ਨਾਪਾ ਪਹਿਲਵਾਨ ਨੇ ਕੀ ਕੀਤਾ, ਉਹਨਾਂ ਦੋਨਾਂ ਹੱਥਾਂ ਦੀ ਤੁਲਕ ਦੇ ਕੇ ਉਹ ਚੁੱਕ ਕੇ ਅਤੇ ਘੋੜੇ ਦੇ ਉੱਤੇ, 2 ਹੋਰ ਸੀਗੀਆਂ ਜਿਹੜੀਆਂ ਪਈਆਂ ਉਹਨਾਂ ਨੂੰ ਵੀ ਚੁੱਕ ਕੇ ਅਤੇ ਹੋਰ ਘੋੜੇ ਦੇ ਉੱਤੇ 4 ਬੋਰੀਆਂ ਉਹਨਾਂ ਇਕੱਲੇ ਨਾਲ ਚੁੱਕ ਕੇ ਰੱਖ ਦਿੱਤੀਆਂ। ਅਤੇ ਬਾਬਾ ਜੀ ਨੇ ਉਹਨੂੰ ਥਾਪਣਾ ਦਿੱਤੀ ਕਿ ਪੁੱਤ ਕੀ ਕੰਮ ਕਰਦਾ ਤੂੰ? ਉਹ ਰਾਜਪੂਤ ਦਾ ਬੱਚਾ ਕਹਿਣ ਲੱਗਾ ਕਿ ਬਾਬਾ ਜੀ, ਮੈਂ ਭਲਵਾਨ ਹਾਂ, ਮੈਂ ਭਲਵਾਨੀ ਦੇ ਕੰਮ ਕਰਦਾ ਵਾਂ, ਇਸ ਵੇਲੇ ਕਿੱਥੋਂ ਆਇਆ ਤੂੰ? ਉਹ ਕਹਿਣ ਲੱਗਾ, ਵੀ ਮੈਂ ਡੰਡ ਪ੍ਰਣਾਮ ਕਰਦਾ ਹਾਂ ਅਤੇ ਕਸਰਤ ਕਰਕੇ ਆ ਰਿਹਾ ਕਰੀਰ 'ਚੋਂ, ਅਤੇ ਮੈਂ ਘਰ ਜਾ ਰਿਹਾ ਸੀਗਾ ਅਤੇ ਤੁਹਾਡੀ ਆਵਾਜ਼ ਸੁਣ ਕੇ ਮੈਂ ਆ ਗਿਆ। ਮੈਂ ਉਹ ਉਹਨੇ ਕਿਹਾ, ਸ਼ਾਬਾਸ਼ ਪੁੱਤ, ਜ਼ਿੰਦਗੀ ਵਿੱਚ ਕਦੇ ਕਿਸੇ ਕੋਲੋਂ ਨਹੀਂ ਹਾਰੇਗਾ ਤੂੰ, ਜਾ, ਤੇਰੀ ਸਦਾ ਹੀ ਜਿੱਤ ਹੋਏਗੀ। ਸੋ ਇਸ ਕਰਕੇ ਨਾਪਾ ਪਹਿਲਵਾਨ, ਸ਼ਾਇਦ ਜਿਹੜਾ ਮੇਰਾ ਰਾਜਪੂਤ ਭਰਾ ਕਾਟਲ ਸੁਣਦਾ ਪਿਆ ਹੋਵੇਗਾ, ਉਹਨੂੰ ਪਤਾ ਹੀ ਹੋਵੇਗਾ ਕਿ ਨਾਪਾ ਪਹਿਲਵਾਨ ਕਾਟਲ ਜਿਹੜਾ ਉਹ ਰਾਜਪੂਤਾਂ 'ਚੋਂ ਇੱਕ, ਕਾਟਲਾਂ 'ਚੋਂ ਇੱਕ ਅਜਿਹਾ ਸ਼ਖਸ ਹੋਇਆ ਕਿ ਜਿਹੜਾ ਜ਼ਿੰਦਗੀ 'ਚ ਉਹਨੂੰ ਕਿਸੇ ਦੀ ਢਾਹ ਨਹੀਂ ਖਾਧੀ ਵੀ, ਕਦੇ ਨਹੀਂ ਹਾਰਿਆ, ਕਦੇ ਨਹੀਂ ਹਾਰਿਆ। ਅੱਛਾ ਅੱਛਾ, ਅਤੇ ਬਾਬਾ ਆਪਣੇ ਰਾਜਪੂਤਾਂ ਦੇ ਟਾਈਮ 'ਚ ਜੱਟਾਂ ਦਾ ਕੀ ਦੌਰ ਸੀ, ਉਹਦਾ ਕਿੱਦਾਂ ਦਾ ਦਬਦਬਾ ਸੀਗਾ? ਦਬਦਬਾ ਆਪਣੇ ਤੌਰ 'ਤੇ ਜੱਟਾਂ ਦਾ ਆਪਣੇ ਤੌਰ 'ਤੇ ਸੀਗਾ, ਪਰ ਸਾਡਾ ਉਹਨਾਂ ਨਾਲੋਂ ਕਿਤੇ ਉੱਤੇ ਸੀਗਾ। ਜਿਹੜੀ ਕਾਟਲ ਬਰਾਦਰੀ ਹੈਗੀ ਸੀ, ਕਾਟਲ ਰਾਜਪੂਤ ਸੀਗੇ, ਇਹਨਾਂ 'ਚ ਹਰ ਸਿਵਲ ਸੀ, ਜ਼ਮੀਨ ਜਾਇਦਾਦ ਤੋਂ ਉਂਝ ਵੀ ਸੌਖੇ ਸੀਗੇ, ਉਂਝ ਵੀ ਇਹਨਾਂ ਦੀ ਜਿਹੜੀ ਉਹ ਪੈਦਾਇਸ਼ ਸੀਗੀ, ਹਰ ਮੁੰਡਾ, ਹਰ ਨੌਜਵਾਨ ਜਿਹੜਾ ਤਗੜਾ ਅਤੇ ਰਿਸ਼ਟ ਪੁਸ਼ਟ ਸੀਗਾ। ਦਬਦਬਾ ਇਹਨਾਂ ਦਾ ਸਾਰੀਆਂ ਕੌਮਾਂ 'ਤੇ ਹੀ ਰਿਹਾ। ਅੱਛਾ ਅੱਛਾ, ਸਹੀ ਹੈ ਬਾਬਾ ਜੀ। ਹੋਰ ਕੁਛ ਸੁਣਾਓ ਰਾਜਪੂਤਾਂ ਬਾਰੇ। ਹੋਰ ਮੈਂ ਤਾਂ ਇਹੋ ਕਹਾਂਗਾ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕਿ ਪ੍ਰੇਮ ਭਾਵ ਨਾਲ ਰਹੋ ਅਤੇ ਆਪਣੀ ਕੌਮ ਦੀ ਸੇਵਾ ਕਰੋ ਅਤੇ ਦੂਸਰਿਆਂ 'ਤੇ ਜ਼ੁਲਮ ਤਸ਼ੱਦਦ ਨਾ ਕਰੋ, ਅਤੇ ਬਸ ਪ੍ਰੇਮ ਭਾਵ ਨਾਲ ਹੀ ਰਹਿਣਾ ਜਿਹੜਾ
ਇਹ ਅੱਛੀ ਗੱਲ ਹੈ। ਹਾਂਜੀ ਹਾਂਜੀ ਚਲੋ ਠੀਕ ਹੈ ਬਾਬਾ, ਫਿਰ ਮਿਲਾਂਗੇ ਤੁਹਾਡੇ ਨਾਲ। ਠੀਕ ਹੈ, ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ। ਮੈਂ ਫਿਰ ਆਖਰ 'ਚ ਸਾਰੇ ਰਾਜਪੂਤ ਭਰਾਵਾਂ ਨੂੰ ਜੈਦੇਵਾ ਕਹਿਣਾ ਚਾਹੁੰਦਾ। ਹਾਂਜੀ ਜੈਦੇਵਾ, ਫਿਰ ਮਿਲਾਂਗੇ। ਕੋਈ ਨਹੀਂ ਬਾਬਾ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ, ਫਿਰ ਮਿਲਾਂਗੇ। ਠੀਕ ਹੈ ਬਾਬਾ, ਨਮਸਤੇ ਬਾਬਾ।